ਕਹਿੰਦੇ ਨੇ ਇੱਕ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਸ ਦੀਆਂ ਦੋ ਧੀਆ ਸਨ ਦੋਵੇਂ ਮੰਗੀਆਂ ਹੋਈਆਂ ਸਨ ਪਰੰਤੂ ਘਰ ਦੀ ਗਰੀਬੀ ਕਾਰਨ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ ਉਸੇ ਲਾਖੀ ਦਾ ਮੁਗਲ ਹਾਕਮ ਬੜਾ ਨਿਰਦੇਈ ਸੀ ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀ ਚੁੱਕ ਕੇ ਲੈ ਜਾਂਦਾ ਸੀ ਸੁੰਦਰੀ ਮੰਤਰੀ ਦੇ ਹੁਸਨ ਬਾਰੇ ਵੀ ਉਸ ਨੂੰ ਪਤਾ ਲੱਗਿਆ ਬਸ ਫਿਰ ਕੀ ਸੀ ਮੁਗਲ ਹਾਕਮ ਨੇ ਦੋਵਾਂ ਭੈਣਾਂ ਨੂੰ ਜ਼ੋਰੀ ਚੁੱਕਣ ਦੀ ਵਿਉਂਤ ਬਣਾ ਲਈ ਇਸ ਗੱਲ ਦੀ ਪੇਨਕ ਗਰੀਬ ਬ੍ਰਾਹਮਣ ਨੂੰ ਵੀ ਪੈ ਗਈ ਉਸਨੇ ਸੁੰਦਰੀ ਮੁੰਦਰੀ ਦੇ ਸਹੁਰੇ ਘਰ ਜਾ ਕੇ ਅਰਜ਼ ਕੀਤੀ ਕਿ ਉਹ ਸੁੰਦਰੀ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਹਾਕਮ ਦੇ ਡਰ ਤੋਂ ਤੇ ਲੋਕlach ਨੂੰ ਉਹ ਨਾ ਮੰਨੇ ਨਿਰਾਸ਼ਾਯ ਬ੍ਰਾਹਮਣ ਵਾਪਸ ਆਪਣੇ ਘਰ ਮੁੜ ਰਿਹਾ ਸੀ ਬਾਪ ਜੀ ਸਮੇ ਉਸਦੇ ਮਨ ਵਿੱਚ ਦੁੱਲਾ ਪੱਟੀ ਦਾ ਖਿਆਲ ਆਇਆ ਦੁੱਲਾ ਇੱਕ ਸੂਰਮਾ ਡਾਕੂ ਸੀ ਦੁੱਲਾ ਗਰੀਬਾਂ ਦਾ ਬੜਾ ਹਮਦਰਦ ਸੀ ਉਹ ਅਮੀਰਾਂ ਤੇ ਜ਼ਾਬਰਾਂ ਨੂੰ ਲੁੱਟਦਾ ਸੀ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਬ੍ਰਾਹਮਣ ਨੇ ਦੁੱਲੇ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸਾਰੀ ਵਿਥਿਆ ਸੁਣਾਈ ਦੁੱਲੇ ਨੇ ਆਖਿਆ ਤੂੰ ਫਿਕਰ ਨਾ ਕਰ ਤੇਰੀਆਂ ਧੀਆਂ ਮੇਰੀਆਂ ਧੀਆਂ ਹਨ ਉਨ੍ਹਾਂ ਦਾ ਵਿਆਹ ਮੈਂ ਆਪ ਆਪਣੇ ਹੱਥੀ ਕਰਾਂਗਾ। ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥੋ ਪਤਾ ਪੁੱਛ ਕੇ ਵਿਆਹ ਦਾ ਦਿਨ ਤਾਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਰਾਤ ਸਮੇਂ ਵਿਆਹ ਨੂੰ ਆਉਣ ਦਾ ਕਿਹਾ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਘਰ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰੀ-ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ ਸ਼ੱਕਰ ਦਾਣੇ ਆਦਿ ਦੇ ਰੂਪ ਵਿੱਚ ਦਾਨ ਕੀਤਾ। ਦੁੱल्हे ਕੋਲ ਕੰਨੀਆਂ ਦਾਣ ਲਈ ਕੇਵਲ ਇੱਕ ਲੱਪ ਸ਼ੱਕਰ ਹੀ ਸੀ। ਕੁੜੀਆਂ ਦਾ ਡੋਲਾ ਸੁਖੀ ਸੰਦੀ ਤੁਰ ਗਿਆ। ਕਿਹ ਹੈ ਜਾਂਦਾ ਹੈ ਕਿ ਉਦੋਂ ਤੋਂ ਹੀ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। జిక అసహడి గీత